ਕਾ ਯਾਦਾਂ ਲੋਕ ਆਪਾਂ ਆਪਣੀ ਗੱਡੀ ਤੋਂ ਸਟਾਰਟ ਕਰ ਰਹੇ ਆ 7218 ਤੋਂ ਅੱਜ ਆਪਾਂ ਇਹਨੂੰ ਲੋਡ ਕਰਨ ਜਾਣਾ ਕੱਲ ਆਪਾਂ ਦੇਖੀ 85 ਕਰੀ ਸੀਗੀ ਅੱਜ ਆਪਾਂ ਜਾਣਾ 7218 ਨੂੰ ਲੋਡ ਕਰਨ ਚਲੋ ਚੱਲ ਕੇ ਫਿਰ ਮਿਲਦੇ ਆ ਤੁਹਾਨੂੰ ਆਪਾਂ ਤੁਰ ਪਏ ਹੋਈ ਬੱਸ ਸਟੈਂਡ ਕੰਨੀ ਨੂੰ ਆਪਾਂ ਜਾਣਾ ਅੱਜ ਸਰਹੰਦ ਕੰਨੀ ਜਾਣਾ ਆਪਾਂ ਆਰ ਕੇ ਗਾਰਡਨ 'ਚ ਨਹਿਰ ਤੋਂ ਪਹਿਲਾਂ ਹੈ ਥੋੜ੍ਹੀ ਜਿਹੀ ਚਲੋ ਤੁਹਾਨੂੰ ਬੱਸ ਸਟੈਂਡ ਤੋਂ ਘੁੰਮ ਕੇ ਫਿਰ ਮਿਲਦੇ ਆ ਚੌਂਕ ਕੋਲ ਜਾ ਕੇ ਕਿਹੜਾ ਨਿਕਲਿਆ ਗੋਬਿੰਦਗੜ ਤੇ ਜਾਮ ਨਾ ਮਿਲੇ ਗੜ ਤੋਂ ਨਿਕਲਣਾ ਹੈ ਤਾਂ ਜਾਮ ਦਾ ਸਾਹਮਣਾ ਕਰਨਾ ਪੜੇਗਾ ਜੇ ਗੋਬਿੰਦਗੜ 'ਚ ਚਲਾਉਣੀ ਹੈ ਗੱਡੀ ਤਾਂ ਜਾਮ ਦਾ ਸਾਹਮਣਾ ਜ਼ਰੂਰ ਕਰਨਾ ਪੜੇਗਾ ਆਪਾਂ ਚੌਂਕ 'ਚ ਖੜੀਆਂ ਲਾਲ ਬੱਤੀਆਂ ਹੋ ਗਈਆਂ ਇਸ ਕਰਕੇ ਆਉਣਾ ਲੱਗਾ ਜਾਮ ਅੱਜ ਉਹ ਵਾਲਾ ਜਾਮ ਨਹੀਂ ਹੈਗਾ ਤਾਂ ਲਾਲ ਬੱਤੀਆਂ ਦੇ ਹੀ ਆ ਕੋਲ ਆਪਾਂ ਲਾਲ ਬੱਤੀਆਂ ਦੇ ਚਲੋ ਮਿਲਦੇ ਆ ਲਾਲ ਬੱਤੀਆਂ ਪਾਰ ਕਰਕੇ ਲਓ ਜੀ ਆਪਾਂ ਪਹੁੰਚ ਗਏ ਆਰ ਕੇ ਗਾਰਡਨ 'ਚ ਅਤੇ ਪਹੁੰਚ ਗਏ ਸੀਗੇ ਅੱਜ ਮੀਂਹ ਪੈਂਦਾ ਜ਼ਿਆਦਾ ਭਿੱਜ ਸੀ ਗੱਡੀਆਂ ਇੰਨੀਆਂ ਭਰਨੇ ਦੀਆਂ ਖੁੱਲ੍ਹਾ ਪਿਆ ਰੋਡ ਭਜਾਈ ਆਏ ਆਪਾਂ ਮਿੰਟਾਂ ਮਿੰਟੀ ਪਹੁੰਚ ਗਏ ਸੀ ਉਰੇ ਅਤੇ ਤੁਹਾਨੂੰ ਫਲਾਈਓਵਰ ਦਿਖਾਉਂਦੇ ਹਾਂ ਜਿਹਦੇ ਕਰਕੇ ਜਾਮ ਲੱਗਦਾ ਆਹ ਦੇਖੋ ਫਲਾਈਓਵਰ ਆਹ ਫਲਾਈਓਵਰ ਤਿਆਰ ਹੁੰਦਾ ਪਿਆ ਜਿੱਦਣੇ ਤਿਆਰ ਹੋ ਗਿਆ ਉਹ ਤੋਂ ਬਾਅਦ ਜਾਮ ਖੁੱਲ੍ਹਿਆ ਕਰੂਗਾ ਬਣਦਾ ਜਦ ਤੱਕ ਬਣਦਾ ਨਹੀਂ ਜਦ ਤੱਕ ਜਾਮ ਲੱਗੇ ਰਿਹਾ ਕਰਨਾ ਉਰੇ ਆਹ ਤਾਂ ਨਹੀਂ ਗਾ ਕਿਉਂਕਿ ਮੀਂਹ ਪੈਂਦਾ ਪਿਆ ਕੁੰਦਲ ਸੀਗੀ ਕੋਈ ਗੱਡੀ ਗੁੱਡੀ ਹੈ ਨਹੀਂ ਰੋਡ 'ਤੇ ਹੁਣ ਮੀਂਹ ਪੈਂਦਾ ਪਿਆ ਆਪਾਂ ਹੁਣ ਆਏ ਹਾਂ ਗਾਡਰ ਭਰਨ ਆਏ ਹਾਂ ਦੇਖਦੇ ਹਾਂ ਭਰਦੇ ਹਾਂ ਦੋ ਜਗ੍ਹਾ ਦਾ ਮਾਲ ਆ ਅੱਜ ਵੀ ਆਪਾਂ ਰਾਜਸ਼੍ਰੀ 'ਚ ਜਾਣਾ ਉੱਥੇ ਹੀ ਪੈਪ ਭਰਨ ਜਾਣਾ ਫਿਰ ਉਹ ਗਾਡਰ ਪਾ ਕੇ ਫਿਰ ਆਪਾਂ ਪੈਪ ਲੋਡ ਕਰਨ ਜਾਵਾਂਗੇ ਚਲੋ ਮਿਲਦੇ ਹਾਂ ਅੱਡਾ ਬੜਾ ਤਗੜਾ ਦੀ ਵਧੀ ਗਈ ਉਹ ਸਾਹਮਣੇ ਹਾਰ ਕੇ ਗਾਡਰ ਅੰਦਰ ਵੀ ਕੰਡਾ ਇਹਨਾਂ ਦਾ ਹੁਣ ਅੰਦਰ ਕੰਡਾ ਕਰਾਉਣ ਤੋਂ ਬਾਅਦ ਮਿਲਦੇ ਹਾਂ ਲਓ ਜੀ ਆਪਾਂ ਆ ਗਏ ਅੰਦਰ ਆਹ ਇਹਨਾਂ ਦੀ ਉਹ ਆ ਗਾਡਰੇ ਗਾਡਰ ਪਿਆ ਉਰੇ ਆਹ ਹੁਣ 15 ਆ ਗਏ ਸੀਗੇ ਹੁਣ ਕੰਡਾ ਕੁੰਡਾ ਆਪਾਂ ਕਰਾ ਲਿਆ ਅਤੇ ਹੁਣ ਮਾਲ ਪਾਉਣ ਗਏ ਮੀਂਹ ਪੈਂਦਾ ਤਾਂ ਕਰਕੇ ਪਾ ਰਹੇ ਕੰਡਾ ਅਤੇ ਜਦ ਮੀਂਹ ਮੂੰਹ ਰੁਕ ਜੂਗਾ ਉਹ ਤੋਂ ਬਾਅਦ ਮਾਲ ਪਾਉਣਾ ਸ਼ੁਰੂ ਕਰਨਗੇ ਚਲੋ ਮਿਲਦੇ ਹਾਂ ਹੁਣ ਬਈ ਮੀਂਹ ਰੁਕਿਆ ਹੁਣ ਲੱਗੇ ਨੇ ਗੱਡੀ ਭਰਨ ਘੱਟੋ ਘੱਟ ਆਪਾਂ ਨੂੰ ਹੋ ਗਏ ਰੇ ਜ਼ਿਆਦਾ ਨਹੀਂ ਅੱਧਾ ਘੰਟਾ ਹੋਇਆ ਹਲੇ ਖੜਿਆਂ ਨੂੰ ਮੀਂਹ ਪੈਂਦਾ ਸੀ ਨਾ ਹੁਣ ਮੀਂਹ ਰੁਕ ਗਿਆ ਹੁਣ ਮਾਲ ਭਰਨ ਲੱਗੇ ਨੇ ਚਲੋ ਮਿਲਦੇ ਹਾਂ ਮਾਲ ਲੋਡ ਕਰਕੇ ਉਰੋਂ ਅਤੇ ਦੂਜੀ ਜਗ੍ਹਾ ਜਾਵਾਂਗੇ ਨਾ ਫਿਰ ਮਿਲਦੇ ਹਾਂ ਕੰਡਾ ਕੁੰਡਾ ਕਰਾਵਾਂਗੇ ਜਦ ਮਿਲਦੇ ਹਾਂ ਆਪਾਂ ਤੀਜੀ ਚੌਥੀ ਜਗ੍ਹਾ ਲਾ ਚੁੱਕੇ ਹਾਂ ਗੱਡੀ ਅਤੇ ਹੁਣ ਆਪਣਾ ਮਾਲ ਪੈਣ ਵਾਲਾ ਹੀ ਆ ਥੋੜ੍ਹਾ ਹੀ ਰਹਿ ਗਿਆ ਫਿਰ ਆਪਾਂ ਕੰਡਾ ਕਰਾਵਾਂਗੇ ਕੰਡਾ ਕਰਾਉਣ ਤੋਂ ਬਾਅਦ ਬਾਹਰਲਾ ਕੰਡਾ ਕਰਾਵਾਂਗੇ ਫਿਰ ਆਪਾਂ ਬਿੱਲ ਲਵਾਂਗੇ ਫਿਰ ਆਪਾਂ ਜਾਵਾਂਗੇ ਦੂਜੀ ਜਗ੍ਹਾ ਚਲੋ ਮਿਲਦੇ ਹਾਂ ਕੰਡਾ ਕਰਾਉਣ ਦੇ ਵਿੱਚ ਮਾਲ ਸਾਰੇ ਹੀ ਪਿੱਛੇ ਪਾਇਆ ਸਾਰਿਆਂ ਨੇ ਕੰਡਾ ਇਹਨਾਂ ਦਾ ਅੰਦਰਲਾ ਇੱਕ ਕੰਡਾ ਬਾਹਰ ਹੋਊਗਾ ਉਹ ਤੋਂ ਬਾਅਦ ਬਿੱਲ ਮਿਲਣਗੇ ਚਲੋ ਆਹ ਕੰਡਾ ਕਰਾ ਕੇ ਮਿਲਦੇ ਹਾਂ ਨਹੀਂ ਬਾਹਰਲੇ ਕੰਡੇ ਦੇ ਗੇਟ ਤੋਂ ਆਪਾਂ ਬਾਹਰ ਕੱਢ ਲਏ ਹੁਣ ਆਪਾਂ ਚੱਲਿਆ ਉਹ ਸਾਹਮਣੇ ਕੰਡਾ ਹੈ ਉਹ ਕਰਾਉਣਾ ਇਸ ਤੋਂ ਬਾਅਦ ਆਪਾਂ ਦੂਜੀ ਜਗ੍ਹਾ ਜਾਣਾ ਆਪਾਂ ਨੂੰ ਬਿੱਲ ਬੁੱਲ ਮਿਲ ਜਾਣਗੇ ਮਹੱਲਾ ਦਾ ਘੁੰਮ ਕੇ ਆਪਾਂ ਨੂੰ ਅੱਗੋਂ ਆਉਣਾ ਪੈਣਾ ਸੀ ਯਾਰ ਰੋਂਗ ਸਾਈਡ ਤੋਂ ਜਾਣ ਨਹੀਂ ਦਿੰਦੇ ਹੁਣ ਜਾਮ ਲੱਗ ਜਾਂਦਾ ਨਾ ਚਲੋ ਕੰਡਾ ਕਰਾ ਕੇ ਆਹਲਾ ਕੰਡਾ ਕਰਾ ਕੇ ਫਿਰ ਮਿਲਦੇ ਆਪਾਂ ਚੱਲ ਪਏ ਇੱਧਰੋਂ ਹੁਣ ਆਪਾਂ ਉਹ ਉੱਥੋਂ ਘੁੰਮ ਕੇ ਆਉਣਾ ਪੈਣਾ ਉਰੋਂ ਆਹ ਨਹਿਰ ਕੋਲੋਂ ਮੁੜ ਕੇ ਆਏ ਆਪਾਂ ਹੁਣ ਰਾਜਸ਼੍ਰੀ 'ਚ ਜਾਣਾ ਦੁਬਾਰਾ ਅਤੇ ਜਾਮ ਤਾਂ ਹੁਣ ਪੱਕਾ ਲੱਗੂਗਾ ਟਾਈਮ ਖਰਾਬ ਹੋਊਗਾ ਜੇ ਲੱਗਿਆ ਤਾਂ ਤੁਹਾਨੂੰ ਦਿਖਾਵਾਂਗੇ ਚਲੋ ਮਿਲਦੇ ਥੋੜ੍ਹੀ ਅੱਗੇ ਜਾ ਕੇ ਅੱਜ ਫਿਰ ਪਹੁੰਚ ਗਏ ਰਾਜਸ਼੍ਰੀ 'ਚ ਆਪਾਂ ਚਲਾਉਣਾ ਕੰਡਾ ਕਰਾਉਂਦੇ ਨਾਲ ਹੀ ਕੰਡਾ ਘੁੰਮਾ ਕੇ ਲਿਆਉਣੀ ਪੈਣਾ ਕੰਡਾ ਕਰਾ ਕੇ ਫਿਰ ਮਿਲਦੇ ਆਪਾਂ ਰਾਜਸ਼੍ਰੀ 'ਚ ਅੱਜ ਆਪਾਂ ਜਾਮ ਨਹੀਂ ਮਿਲਿਆ ਤਾਂ ਹੀ ਆਪਾਂ ਛੇਤੀ ਆ ਗਏ ਅੱਜ ਮੀਂਹ ਕਰਕੇ ਗੱਡੀ ਗੁੱਡੀ ਭਰ ਨਹੀਂ ਰਹੀ ਇੰਨੀ ਪਤਾ ਹੀ ਆ ਤੁਹਾਨੂੰ ਹੋਰ ਕਾਰਾ ਕੂਰਾ ਵੀ ਘੱਟ ਨੇ ਇਸ ਕਰਕੇ ਇੱਕਦਮ ਆਪਾਂ ਛੇਤੀ ਆ ਗਏ ਸੀ ਇੱਧਰ ਚਲੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਆਪਾਂ ਲਾਤੀ ਗੱਡੀ ਜਿੱਥੇ ਲਾਉਣੀ ਸੀ ਪਹਿਲੇ ਸਾਈਜ਼ 'ਤੇ ਲਾਤੀ ਉਰੇ ਵੀ ਖਾਸੇ ਸਾਈਜ਼ ਨੇ ਕੱਲ੍ਹ ਮੈਂ 3-4-5 ਉਰੇ ਆਪਣਾ 13 ਟਨ ਮਾਲ ਹੈ ਆਪਾਂ 18 ਟਨ ਮਾਲ ਪਾਉਣਾ ਥੋੜ੍ਹਾ ਜਿਹਾ ਉੱਧਰੋਂ ਪਾ ਕੇ ਲਿਆਏ ਹੁਣ 13 ਟਨ ਆਪਾਂ ਉਰੇ ਪਾਉਣਾ ਫਿਰ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਚਲੋ ਮਾਲ ਮੂਲ ਪੈ ਜੂਗਾ ਫਿਰ ਮਿਲਦੇ ਹਾਂ ਲੱਗੇ ਨੇ ਗੱਡੀ 'ਚ ਮਾਲ ਪਾਉਣ ਆਪਣੀ 'ਚ ਪਾਇਪ ਚਲੋ ਮਿਲਦੇ ਥੋੜ੍ਹੀ ਦੇਰ ਤੱਕ ਆਪਣੀ ਗੱਡੀ ਹੋ ਗਈ ਹੁਣ ਲੋਡ ਪਾਉਣ ਚੱਲੇ ਸ਼ਨੀ ਦੇ ਮੰਦਰ ਕੋ ਉੱਥੇ ਕਢਾਵਾਂਗੇ ਤਰਪਾਲ ਤਰਪੂਲ ਪਾਵਾਂਗੇ ਮੀਂਹ ਦਾ ਮੌਸਮ ਹੈ ਅਤੇ ਹੁਣ ਤੁਹਾਨੂੰ ਸ਼ਨੀ ਦੇ ਮੰਦਰ ਕੋਲ ਜਾ ਕੇ ਮਿਲਦੇ ਆਪਾਂ ਪਹੁੰਚ ਗਏ ਸ਼ਨੀ ਦੇ ਮੰਦਰ 'ਤੇ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਪਹੁੰਚਿਆ ਨੂੰ ਹੁਣ ਆਪਾਂ ਤਰਪਾਲ ਤਰਪੂਲ ਪਾਉਂਦੇ ਹਾਂ ਤਰਪਾਲ ਤਰਪੂਲ ਪਾਉਣ ਤੋਂ ਬਾਅਦ ਫਿਰ ਮਿਲਦਾ ਤੁਹਾਨੂੰ ਜਦੋਂ ਆਪਾਂ ਘਰ ਜਾਵਾਂਗੇ ਇਹ ਆਪਣੇ ਭਾਈ ਨੇ ਲੈ ਜਾਣੀ ਹੈ ਗੱਡੀ ਬੜੇ ਭਾਈ ਨੇ ਅਤੇ ਆਪਾਂ ਘਰ ਜਾਵਾਂਗੇ ਫਿਰ ਚਲੋ ਮਿਲਦੇ ਹਾਂ ਥੋੜ੍ਹੀ ਦੇਰ ਤੱਕ ਪਹੁੰਚ ਗਏ ਜੀ ਅੱਜ ਆਪਾਂ ਕਾਰ ਚਾਹੀਦੀ ਘਰੇ ਆਹੋ ਘਰ ਆਪਣਾ ਨਾਲ ਆਪਾਂ ਘਰੇ ਆ ਗਏ ਕਿਉਂਕਿ ਘਰੇ
ਅੰਦਰ ਚੱਲਦੇ ਆ ਫਿਰ ਦੇਖਦੇ ਆ ਕੀ ਬਣਦਾ। ਪਹੁੰਚ ਗਏ ਹੁਣ ਆਪਾਂ, ਕਿਤੇ ਜਾਣਾ ਤਾਂ ਹੈ ਨਹੀਂ, ਹੁਣ ਆਪਾਂ ਸੌਵਾਂਗੇ, ਹੁਣ ਆਪਾਂ ਥੱਕ ਗਏ, ਇਸ ਕਰਕੇ ਆਪਾਂ ਇਹ ਵਲੌਗ ਦਾ ਐਂਡ ਆਪਾਂ ਪੂਰੀ ਕਰਦੇ ਹਾਂ। ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਾਇਓ। ਹੁਣ ਮਿਲਦਾ ਤੁਹਾਨੂੰ ਕੱਲ੍ਹ ਨਵੇਂ ਵਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।